सत श्री अकाल जी, मैं हमनदीप और तुसी देख रहे हो जी फाइव बुड। 29 तरीक नूं फिल्म आ रही है जी हम्बल मोशन बैनर दे हेठां, कैरी ऑन जट्टा 3, कैरी ऑन जट्टा 1-2 तो बाद तीजा, और मेरे नाल गेस्ट मौजूद ने, वेलकम इन्हां दा। सत श्री अकाल। सत श्री अकाल जी। सत श्री अकाल जी। बहुत वधिया जी। सर, कैरी ऑन जट्टा 1 तो शुरुआत हुंदी है, कैरी ऑन जट्टा 2, फिर हुण आ गया 3। उम्मीदां जिहड़ियां ने लोकां दीआं इस टाइम दे उप्पर बहुत वड्डे पद्धर दे उप्पर हैगीआं ने, सो उहनां दी उम्मीदां ते पूरे करे उतरोंगे इस बार? देखो, मैं जोन ना तो देखना एंजॉय करदा, ते ना मैनूं मिलदा बनाउण स्वाद आउ। हाँ, कोई थॉट प्रोवोकिंग चीज़ जिहड़ी मैनूं इह लगेगा, जे मैनूं इक मैं एक फिल्म बनाई सी लॉक, मैनूं काफ़ी थॉट जिहड़ी सी बड़ी वधिया लगी तां बनाई सी, उस तों बाद मैं कदे नहीं बनाई। हुण एक फिल्म बना रहा वीडियो कॉल लई, ठीक है जी, उह वी मैनूं बड़ा बहुत थॉट प्रोवोकिंग आ। 6-7 साल तों मैं उस ते उह कम कर रहा जी। उह इक इहो जिही चीज़ हैगी है जिस सबजैक्ट ते उत्ते फिल्म बनी नहीं है। वीडियो कॉलनी एक 1984 ते जिहड़ा जो होया सीगा, उस तों बाद ਜਿਹੜੀ ਆਪਣੀਆਂ ਸਿੱਖ ਵਿਡੋਜ਼ ਨੇ ਉਹਨਾਂ ਦੇ ਰੀਹੈਬਿਲਿਟੇਟ ਕਰਨ ਲਈ ਵਿਡੋ ਕਾਲਨੀ ਬਣੀ ਸੀ, ਉਹਦੀ ਕਹਾਣੀ ਹੈ ਜੋ ਕਿਸੇ ਨੇ ਸੁਣਾਈ ਨਹੀਂ। ਉਹ ਇੱਕ ਥੋਟ ਪ੍ਰੋਵੋਕਿੰਗ ਫਿਲਮ ਹੈ, ਉਹ ਮੇਰਾ ਮਨ ਹੈਗਾ ਬਣਾਉਣ ਦਾ, ਤੇ ਅਦਰਵਾਈਜ਼ ਮੈਂ ਕਾਮੇਡੀਜ਼ ਬਣਾ ਕੇ ਹੀ ਖੁਸ਼ ਹਾਂ। ਠੀਕ ਹੈ। ਔਰ ਦੇਖ ਕੇ ਇਹ ਸਾਨੂੰ ਕਦੋਂ ਤੱਕ ਦੇਖਣ ਨੂੰ ਮਿਲ ਸਕਦੀ ਹੈ ਜਿਹੜਾ ਤੁਸੀਂ ਪਲਾਨ ਕਰ ਰਹੇ ਹੋ? ਰਾਈਟ, ਦੇਖੋ ਵਿਡੋ ਕਾਲਨੀ ਮੇਰੇ ਖਿਆਲ ਨਾਲ ਇਸ ਸਾਲ ਬਣ ਜੂਗੀ ਜੀ, ਇਸ ਸਾਲ ਦੇ ਐਂਡ ਸ਼ੂਟਿੰਗ ਹੋ ਜੂ। ਠੀਕ ਹੈ। ਤੁਹਾਡੇ ਤੇ ਇੱਕ ਨਾਰਾਜ਼ਗੀ ਹੈ ਜੀ, ਅੱਜ ਕਾਲਾ ਕੋਟ ਕਿਉਂ ਨਹੀਂ ਪਾਇਆ? ਹਰ ਫਿਲਮ ਦੇ ਵਿੱਚ ਕਾਲਾ ਕੋਟ, ਕਾਲਾ ਕੋਟ, ਕਾਲਾ ਕੋਟ, ਅੱਜ ਕਿਉਂ ਨਹੀਂ ਪਾਇਆ? ਅੱਜ ਗਰਮੀ ਕਰਕੇ ਨਹੀਂ ਪਾਇਆ, ਕਾਲੀ ਪੈਂਟ ਤਾਂ ਪਾਈ। ਠੀਕ ਹੈ, ਮਤਲਬ ਕੁਛ ਨਾ ਕੁਛ ਕਾਲਾ ਨਾਲ ਰੱਖਿਆ ਹੀ ਹੋਇਆ। ਰਾਈਟ ਸਰ, ਤੁਹਾਡੇ ਬੇਟੇ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਅੱਛਾ ਉਹਨਾਂ ਨੇ ਨਾਮ ਜਿਵੇਂ ਕਮਾ ਲਿਆ, ਹੁਣ ਫਿਲਮ ਵਾਲੇ ਪਾਸੇ ਨੂੰ ਵੀ ਉਹਨਾਂ ਦਾ ਵਧੀਆ ਚੱਲ ਪਿਆ, ਸੋ ਕੀ ਐਕਸਪੈਕਟੇਸ਼ਨ ਰੱਖਦੇ ਹੋ ਉਹਨਾਂ ਤੋਂ? ਪੁਖਰਾਜ ਤੋਂ ਮੈਨੂੰ ਬਹੁਤ ਉਮੀਦਾਂ ਨੇ ਵੀ ਜਦੋਂ ਉਹਨੂੰ ਕੋਈ ਅੱਛਾ ਕੰਮ ਮਿਲਿਆ, ਅੱਛੀ ਸਟੋਰੀ ਮਿਲੀ, ਅੱਛਾ ਡਾਇਰੈਕਟਰ ਮਿਲਿਆ, ਤਾਂ ਉਹ ਰੌਕ ਕਰੇਗਾ ਜ਼ਰੂਰ। ਅਤੇ ਭਾਅ ਜੀ ਨੂੰ ਬੇਨਤੀ ਕਰਦੇ ਹੁੰਦੇ ਹਾਂ ਕਈ ਵਾਰੀ ਵੀ ਕੋਈ ਅੱਛੀ ਲਵੀ ਡਵੀ ਕੋਈ ਸਕ੍ਰਿਪਟ ਹੋਊਗੀ ਤਾਂ ਭਾਅ ਜੀ ਜ਼ਰੂਰ ਟਾਈਮ ਕੱਢ। ਸਵਾਲ ਪੁੱਛਣ ਦੇ ਪਿੱਛੇ ਮੇਰਾ ਕਾਰਨ ਇਹ ਵੀ ਹੈ ਕਿ ਕਈ ਵਾਰੀ ਕੀ ਹੁੰਦਾ ਕਿ ਮੋਸਟਲੀ ਜਿੱਦਾਂ ਹੁਣ ਤੁਹਾਡੇ ਕੇਸ 'ਚ ਸ਼ਾਇਦ ਹੋਊਗਾ ਵੀ, ਜਾਂ ਬਹੁਤ ਸਾਰੇ ਆਰਟਿਸਟ ਇੱਦਾਂ ਦੇ ਹੁੰਦੇ, ਉਹਦਾ ਫੈਮਿਲੀ ਬੈਕਗਰਾਊਂਡ ਇੰਡਸਟਰੀ ਨਾਲ ਕਿਸੇ ਵੀ ਤਰੀਕੇ ਨਾਲ ਜੁੜਿਆ ਨਹੀਂ ਹੁੰਦਾ, ਤੁਹਾਡਾ ਪ੍ਰੋਪਰ ਤਰੀਕੇ ਨਾਲ ਜੁੜਿਆ, ਤੁਸੀਂ ਕੋਈ ਰੋਡ ਮੈਪ ਆਪਣੇ ਬੱਚੇ ਲਈ ਪਹਿਲਾਂ ਹੀ ਤਿਆਰ ਕੀਤਾ ਸੀਗਾ? ਦੇਖੋ, ਮੈਂ ਤਾਂ ਉਹ ਛਣਕਾਟੇ ਆਉਂਦੇ ਹੁੰਦੇ ਸੀ, ਉਹਦੇ 'ਚ ਬੱਚੇ ਥੋੜ੍ਹਾ ਬਹੁਤ ਸੂਤਰਧਾਰ ਦਾ ਰੋਲ ਕਰਕੇ ਡਾਂਸ ਵਗੈਰਾ ਕਰ ਲੈਂਦੇ ਹੁੰਦੇ ਸੀ। ਇਹ ਉਹਨੇ ਆਪਣਾ ਰੋਡ ਮੈਪ ਆਪ ਬਣਾਇਆ। ਜਦੋਂ ਪਲੱਸ ਟੂ ਤੋਂ ਬਾਅਦ ਉਹਨੇ ਕਿਹਾ ਵੀ ਮੈਂ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਫਿਲਮ ਮੇਕਿੰਗ ਅਤੇ ਟੈਲੀਵਿਜ਼ਨ ਪ੍ਰੋਡਕਸ਼ਨ ਦੀ ਬੀਟੈਕ ਕਰਨੀ ਹੈ। ਸਾਨੂੰ ਖੁਸ਼ੀ ਹੋਈ ਵੀ ਇਹ ਆਪ ਕਰਨਾ ਚਾਹੁੰਦਾ। ਉਹ ਇਹਨੇ 3 ਸਾਲ ਦੀ ਕੀਤੀ, ਉੱਥੇ ਉਹਦੀ ਮੁਲਾਕਾਤ ਹੋਈ ਮਿਸਟਰ ਰੈਬੀ ਟਵਾਣਾ ਨਾਲ। ਰਾਈਟ। ਲਾਸਟ ਈਅਰ ਦੇ ਵਿੱਚ ਉਹਨਾਂ ਨੂੰ ਅਸਾਈਨਮੈਂਟ ਮਿਲੀ ਕਿ ਤੁਸੀਂ ਕੋਈ ਸਾਨੂੰ 25-30 ਮਿੰਟ ਦੀ ਵੀਡੀਓ ਬਣਾ ਕੇ ਦਿਓ। ਉਹਨਾਂ ਨੇ ਪਾਇਲਟ ਬਣਾਇਆ, ਵੀਡੀਓ ਬਣਾਈ, ਜਿਹਦਾ ਨਾਂ ਰੱਖਿਆ ਯਾਰ ਜਿਗਰੀ ਕਸੂਤੀ ਡਿਗਰੀ। ਰਾਈਟ। ਉਹ ਉਸ ਤੋਂ ਬਾਅਦ ਪਾਇਲਟ ਹੀ ਇੰਨਾ ਪਸੰਦ ਹੋਇਆ, ਫਿਰ ਉਹਦਾ ਉਹਨਾਂ ਨੇ 13 ਐਪੀਸੋਡ, ਫਿਰ 26 ਐਪੀਸੋਡ, 2 ਸੀਜ਼ਨ ਬਣੇ। ਸੁਪਰ ਡੁਪਰ ਹਿੱਟ ਪੰਜਾਬ ਦੀ ਪਹਿਲੀ ਵੈਬ ਸੀਰੀਜ਼। ਹਾਂਜੀ ਹਾਂ, ਬਹੁਤ ਅੱਛੀ ਚੱਲੀ। ਉਸ ਤੋਂ ਬਾਅਦ ਮੈਂ ਹਜੇ ਜਦੋਂ ਬਣ ਰਹੀ ਸੀ, ਮੈਂ ਉਹਨੂੰ ਇੰਟਰਸਟਡ ਨਹੀਂ ਸੀ ਵੀ ਬੇਟੇ ਵੀ ਤੂੰ ਫਿਲਮਾਂ ਵੱਲ ਆ, ਤੂੰ ਵੈਬ ਸੀਰੀਜ਼ ਤੋਂ ਕੀ ਲੈਣਾ। ਪਰ ਉਹ ਕਰਕੇ ਤਾਂ ਕਹਿੰਦਾ, ਡੈਡੀ ਇੰਨਾ ਮੈਂ ਮੇਰੀ ਪਛਾਣ ਫਿਲਮਾਂ 'ਚ ਨਹੀਂ ਬਣੀ ਜਿੰਨੀ ਮੇਰੀ ਵੈਬ ਸੀਰੀਜ਼ ਕਰਕੇ ਹੋਈ। ਹਾਂ, ਇੱਕ ਵੱਡਾ ਰਿਸਕ ਸੀਗਾ ਇਹ ਵੈਬ ਸੀਰੀਜ਼ ਨੂੰ ਚੱਲਣਾ, ਜਦੋਂ ਚੱਲੀ ਤਾਂ ਆਪਣਾ ਪਾਸ ਆਪ ਛੋੜਿਆ। ਤੇ ਮੈਨੂੰ ਲੱਗਦਾ ਵੀ ਹੁਣ ਵੀ ਲੱਗਿਆ ਰਹਿੰਦਾ। ਤੇ ਉਹਦੇ ਦੋਸਤ ਯਾਰ ਜਿਗਰੀ ਵਾਲੇ, ਮੈਂ ਕਿਹਾ 2 ਮਹੀਨੇ ਹੋ ਗਏ ਕਿਸੇ ਸਕ੍ਰਿਪਟ ਤੇ ਕੰਮ ਕਰ ਰਹੇ ਨੇ, ਬੈਠੇ ਲਿਖ ਰਹੇ ਨੇ, ਤੇ ਉਹ ਤਕਰੀਬਨ ਉਹਨੂੰ ਮੈਡ ਅਪ ਕਰਨ ਤੇ ਆਏ ਹੋਏ ਨੇ। ਰਾਈਟ। ਤੇ ਉਹ ਵੀ ਪਰ ਉਹ ਕਾਮੇਡੀ ਨਹੀਂ ਹੈ, ਉਹ ਪੀਰੀਅਡ ਫਿਲਮ ਆ ਕੋਈ ਜਿਹੜੀ ਉਹ ਲਿਖ ਰਹੇ ਨੇ। ਠੀਕ ਹੈ। ਅੱਛਾ, ਲੰਚ ਕੀਤਾ ਤੁਸੀਂ ਜੀ? ਬ੍ਰੇਕਫਾਸਟ ਵੀ ਕੀਤਾ ਜੀ। ਅੱਛਾ, ਇੱਕ ਡਾਇਰੈਕਟਰ ਜਿਹੜਾ ਹੁੰਦਾ ਨਾ, ਉਹ ਬਾਕੀ ਆਰਟਿਸਟ ਨੂੰ ਸੁੱਕਣੇ ਪਾ ਦਿੰਦਾ ਹੈ, ਇੰਨਾ ਕਿਲੋ ਵੇਟ ਵਧਣਾ ਨਹੀਂ ਚਾਹੀਦਾ, ਇੰਨਾ ਘਟਣਾ ਨਹੀਂ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ, ਉੱਦਾਂ ਨਹੀਂ ਹੋਣਾ ਚਾਹੀਦਾ,
ਆਪ ਤੁਸੀਂ ਲੰਚ ਵੀ ਕਰ ਲਿਆ, ਬ੍ਰੇਕਫਾਸਟ ਵੀ ਕਰ ਲਿਆ, ਡਿਨਰ ਵੀ ਕਰ ਲਿਆ, ਈਵਨਿੰਗ ਸਨੈਕਸ ਵੀ ਕਰ ਲਿਆ। ਭੇਦਭਾਵ ਕਿਉਂ ਕਰਦੇ ਹੋ ਐਕਟਰਸ ਦੇ ਨਾਲ? ਦੇਖੋ ਜੀ, ਮੈਨੂੰ ਕਿਸੇ ਨੇ ਕਿਹਾ ਸੀਗਾ ਵੱਡਾ ਡਾਇਰੈਕਟਰ ਬਣੋ, ਤੇ ਮੈਂ ਸਮਝਿਆ ਇਹ ਚਾਹ ਰਹੀ ਵੱਡਾ। ਠੀਕ ਹੈ, ਸੋ ਵੱਡਾ ਡਾਇਰੈਕਟਰ ਬਣਨ ਦੇ ਲਈ ਦੇਖਣੇ ਵੱਡੇ ਚਾਹੀਦੇ। ਦੇਖੋ ਤੁਸੀਂ ਮਾਹੌਲ ਠੀਕ ਹੈ ਦੇ ਵਿੱਚ ਕਿੰਨੇ ਸਲਿਮ ਤੇ ਕਿੰਨੇ ਸੋਹਣੇ ਸੁਨੱਖੇ, ਕਹਿੰਦੇ ਸੀਗੇ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਸੋਹਣਾ ਮੁੰਡਾ ਮਿਲ ਗਿਆ, ਤੇ ਸੋਹਣੇ ਮੁੰਡੇ ਨੇ ਥੋੜੇ ਚਿਰ ਬਾਅਦ ਕਰ ਲਿਆ ਢਿੱਡ। ਰਾਈਟ, ਸੋ ਹੁਣ ਤੁਹਾਡੀਆਂ ਐਕਸਪੈਕਟੇਸ਼ਨ ਫਿਲਮ ਲੈ ਕੇ ਬਹੁਤ ਜ਼ਿਆਦਾ ਕੂਲ ਇਸ ਟਾਈਮ ਦੇ ਉੱਤੇ ਚੱਲਦੀਆਂ ਪਈਆਂ, ਤਾਂ ਹੋਪਫੁਲੀ ਬਹੁਤ ਅੱਛੀ ਫਿਲਮ ਜਾਏ। ਪੰਜਾਬੀ ਸਿਨੇਮਾ ਨੂੰ ਲੈ ਕੇ ਇੱਕ ਸਵਾਲ ਹੋਰ ਮੈਂ ਤੁਹਾਡਾ ਲਊਂਗੀ, ਜ਼ਿਆਦਾ ਸਮਾਂ ਨਹੀਂ ਲਊਂਗੀ। ਇੱਕ ਕਮਰਸ਼ੀਅਲ ਸਿਨੇਮਾ, ਇੱਕ ਆਰਟ ਸਿਨੇਮਾ, ਬੋਥ ਆਰ ਟੋਟਲੀ ਡਿਫਰੈਂਟ। ਅਤੇ ਜੇ ਆਪਾਂ ਗੱਲ ਕਰੀਏ ਮੋਸਟਲੀ, ਮੈਂ ਆਪਣੀ ਗੱਲ ਨਹੀਂ ਕਰੂੰਗੀ, ਮੈਂ ਮੋਸਟਲੀ ਲੋਕਾਂ ਦੀ ਗੱਲ ਕਰੀਏ, ਤਾਂ ਕਮਰਸ਼ੀਅਲ ਸਿਨੇਮਾ ਬਾਰੇ ਜਿੱਥੇ ਕਮਾਈ ਦੀ ਗੱਲ ਆ ਜਾਂਦੀ ਹੈ, ਆਰਟਿਸਟ ਵੀ ਕੰਫਰਟੇਬਲ ਹੁੰਦਾ, ਕਮਾਈ ਹੁੰਦੀ ਹੈ ਅਤੇ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਆਰਟ ਸਿਨੇਮਾ 'ਚ ਕਿਤੇ ਨਾ ਕਿਤੇ ਸਮਾਜ ਨੂੰ ਇੱਕ ਮੈਸੇਜ ਜਿਹੜਾ ਦਿੱਤਾ ਜਾਂਦਾ ਹੈ, ਉਹ ਆਰਟ ਸਿਨੇਮਾ ਇੰਨਾ ਹਿੱਟ ਕਿਉਂ ਨਹੀਂ ਹੋ ਰਿਹਾ, ਜਾਂ ਆਰਟ ਸਿਨੇਮਾ 'ਚ ਫਿਲਮਾਂ ਘੱਟ ਕਿਉਂ ਬਣ ਰਹੀਆਂ ਨੇ? ਮੈਂ ਇਸ ਦਾ ਜਵਾਬ ਤੁਹਾਡੇ ਕੋਲ ਚਾਹੂੰਗਾ। ਨਹੀਂ, ਆਰਟ ਫਿਲਮ ਮੈਂ ਤਾਂ ਜੀ ਕਦੇ ਦੇਖੀ ਨਹੀਂ। ਮੈਂ ਤਾਂ ਆਰਟ ਫਿਲਮਾਂ ਜਿਹੜੀਆਂ 70s ਦਾ ਇਹ ਜਿਹੜਾ ਹਾਂਜੀ ਇਹ ਜਿਹੜਾ ਟਰਮ ਹੈਗੀ ਆ ਆਰਟ, ਹਾਂਜੀ ਆਰਟ, ਆਰਟ ਹਾਊਸ ਫਿਲਮਸ ਪਤਾ ਕਿਹੜੀਆਂ ਹੁੰਦੀਆਂ ਸੀਗੀਆਂ ਜੀ? ਆਰਟ ਫਿਲਮਸ ਉਹਨਾਂ ਨਾਲ ਉਹਨੂੰ ਕਿੱਦਾਂ ਕਿਹਾ ਜਾਂਦਾ ਸੀ ਜਿਹਨੂੰ NFDC ਪ੍ਰੋਡਿਊਸ ਕਰਦਾ ਸੀਗਾ, ਗਵਰਨਮੈਂਟ ਪ੍ਰੋਡਿਊਸਡ ਫਿਲਮ ਸੀਗੀਆਂ, ਉਹ ਫਿਲਮਾਂ ਨੂੰ ਆਰਟ ਫਿਲਮਾਂ ਕਹਿੰਦੇ ਸੀ। ਉਸ ਤੋਂ ਬਾਅਦ ਮੈਂ ਤਾਂ ਕੋਈ ਦੌਰ ਹੁਣ ਪਿਛਲੇ 20 ਸਾਲ ਤੋਂ ਕੋਈ ਆਰਟ ਫਿਲਮ ਦੇਖੀ ਨਹੀਂ। ਇਸ ਲਈ ਮੈਂ ਪੁੱਛ ਰਹੀ ਹਾਂ ਕਿ ਆਰਟ ਫਿਲਮਾਂ ਕਿਉਂ ਨਹੀਂ ਬਣ ਰਹੀਆਂ ਇਸ ਟਾਈਮ ਦੇ ਉੱਪਰ, ਕਿ ਗਵਰਨਮੈਂਟ ਦਾ ਕਰਕੇ ਜਾਂ ਕੁਛ ਹੋਰ, ਜਾਂ ਫਿਰ ਜਿੰਨਾ ਕੁ ਮੇਰੀ ਨੌਲੇਜ, ਮੈਂ ਆਰਟ ਸਿਨੇਮਾ ਨੂੰ ਪੜ੍ਹਿਆ ਕਿ ਸਮਾਜਿਕ ਕੁਰੀਤੀਆਂ ਜਿਹੜੀਆਂ ਨੇ ਉਹ ਦਿਖਾਈਆਂ ਜਾਂਦੀਆਂ ਨੇ ਆਰਟ ਮੂਵੀਜ਼ ਦੇ ਵਿੱਚ। ਦੇਖੋ ਆਰਟ ਉਦੋਂ ਹੀ ਚੱਲੂਗਾ ਜੀ, ਦੇਖੋ ਜੇ ਤਾਂ ਉਹਦੀ ਕਮਰਸ਼ੀਅਲ ਤੁਸੀਂ ਉਹ ਦੇਖੋਗੇ ਕਿ ਇੱਕ ਬੰਦਾ ਕੋਈ ਫਾਈਨੈਂਸ ਕਰਕੇ ਆਰਟ ਫਿਲਮ ਬਣਾਊਗਾ ਤਾਂ ਉਹਦੀ ਰਿਟਰਨ ਹੈ ਨਹੀਂ। ਤਾਂ 70s ਦੇ ਅੰਦਰ ਵੀ ਆਰਟ ਫਿਲਮਸ ਫਾਈਨੈਂਸਡ ਬਾਈ ਗਵਰਨਮੈਂਟ ਹੁੰਦੀਆਂ ਸੀ, ਕਿਉਂ ਕਰਕੇ ਉਹਨਾਂ ਦਾ ਮਕਸਦ ਪੈਸਾ ਕਮਾਉਣਾ ਨਹੀਂ ਸੀ, ਅਵੇਅਰਨੈਸ ਦੇ ਲਈ ਹੁੰਦੀਆਂ ਸੀ। ਤੇ ਅੱਜ ਕੱਲ੍ਹ ਜਦੋਂ ਤੁਸੀਂ ਕਮਰਸ਼ੀਅਲ ਫਿਲਮਾਂ ਦੀ ਗੱਲ ਕਰਦੇ ਹੋ, ਉਹਦਾ ਅਵੇਅਰਨੈਸ ਤਾਂ ਕੋਈ ਲੈਣਾ ਦੇਣਾ ਨਹੀਂ, ਲੈਣਾ ਦੇਣਾ ਨਹੀਂ ਹੈ। ਰਾਈਟ, ਹਾਂ ਜੀ, ਮਤਲਬ ਅਵੇਅਰਨੈਸ ਨਹੀਂ ਹੈ, ਦੈਟਸ ਵਾਈ ਨਹੀਂ ਬਣਦੀਆਂ ਹੈ। ਅਵੇਅਰਨੈਸ ਨਹੀਂ ਨਾ ਕੋਈ ਲੈਣਾ, ਅਵੇਅਰਨੈਸ ਹੈਗੀ ਹੈ ਬਟ ਪੈਸੇ ਦਾ ਰਿਸਕ ਹੈ। ਨਹੀਂ ਜੀ, ਮੇਰੀ ਪਰਸਨਲ ਆਪਣੀ ਓਪੀਨੀਅਨ ਹੈਗੀ ਆ ਕਿ ਆਪਾਂ ਕਿਸੇ ਨੂੰ ਸਲਾਹ ਵੈਸੇ ਹੀ ਨਹੀਂ ਦੇਣੀ ਚਾਹੀਦੀ, ਕਿਉਂ ਕਰਕੇ ਸਿਆਣੇ ਬੰਦੇ ਨੂੰ ਸਲਾਹ ਦੀ ਲੋੜ ਨਹੀਂ ਹੁੰਦੀ, ਬੇਵਕੂਫ ਕਦੇ ਸਲਾਹ ਲੈਂਦਾ ਨਹੀਂ। ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ, ਸੋ ਸਲਾਹ ਤਾਂ ਆਪਾਂ ਦੇ ਫਿਲਮ ਦੇ ਅੰਦਰ ਸਲਾਹ ਦਊਂਗੇ ਕਿਸੇ ਨੇ ਨਹੀਂ ਲੈਣੀ, ਫਿਲਮ 'ਚ ਐਂਟਰਟੇਨਮੈਂਟ ਦੇਣੀ ਚਾਹੀਦੀ ਹੈ। ਔਰ ਹੁਣ ਜਿਹੜੇ ਬੰਦੇ ਪ੍ਰੋਡਿਊਸਰਸ ਨੇ ਉਹ ਤਾਂ ਇਹ ਸੋਚ ਕੇ ਫਿਲਮਾਂ ਬਣਾਉਂਦੇ ਆ ਕਿ ਮੇਰਾ ਪੈਸਾ ਵਾਪਸ ਆਏ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਮਾਜ ਨੂੰ ਇੱਕ ਉਹ ਡਾਇਰੈਕਸ਼ਨ ਦੇਣ ਲਈ ਜਾਂ ਮੈਸੇਜ ਦੇਣ ਲਈ, ਉਹ ਫਿਰ ਤਾਂ ਗਵਰਨਮੈਂਟ ਦਾ ਕੰਮ ਆ ਜੀ। ਕੋਈ ਬੰਦਾ ਜਿਹੜਾ ਆਪਣੇ ਪੈਸੇ ਲਾ ਕੇ ਨਹੀਂ ਕਰੂਗਾ, ਕਿਉਂ ਕਰਕੇ ਇਹ ਰਿਟਰਨ ਰਿਸਕ ਫੈਕਟਰ ਹੈ ਬਹੁਤ ਵੱਡਾ, ਕਿਤੇ ਨਾ ਕਿਤੇ ਸਾਡੀ ਆਡੀਅנס ਦੇਖਣ ਨਹੀਂ ਜਾਂਦੀ, ਜਾਂ ਫਿਰ ਨਹੀਂ ਜਾਂਦੇ ਨਾ ਜੀ। ਦੇਖੋ ਤੁਸੀਂ ਆਪਣੀ ਕੰਟਰੀ ਦੇ ਅੰਦਰ ਜਿਹੜਾ ਹੈਗਾ ਜਾਂ ਆਪਣੇ ਸਟੇਟ ਦੇ ਅੰਦਰ ਜਿਹੜਾ ਸਿਨੇਮਾ ਹੈਗਾ ਉਹ ਇੱਕ ਐਂਟਰਟੇਨਮੈਂਟ ਦਾ ਸਾਧਨ ਹੈ। ਠੀਕ ਹੈ, ਅਵੇਅਰਨੈਸ ਜਾਂ ਐਜੂਕੇਸ਼ਨ ਦਾ ਸਾਧਨ ਨਹੀਂ ਹੈ ਕਿ ਚਲੋ ਬੱਚੋ ਅੱਜ ਆਪਾਂ ਤੁਹਾਨੂੰ ਦਿਖਾ ਕੇ ਲਿਆਉਂਦੇ ਹਾਂ ਕਿ ਪੋਪੂਲੇਸ਼ਨ ਵਧਣ ਨਾਲ ਕਿੰਨਾ ਨੁਕਸਾਨ ਹੋਇਆ ਆਪਣੇ ਸਟੇਟ ਦਾ। ਉਹ ਪੋਪੂਲੇਸ਼ਨ ਸਰਕਾਰ ਦੀ ਹੈ ਨਾ ਜੀ। ਸੋ ਉਹ ਕਦੇ ਕੰਪੈਰੀਜ਼ਨ ਹੋਊਗਾ ਨਹੀਂ, ਕੰਪੈਰੀਜ਼ਨ ਹੋਊਗਾ ਬਿਟਵੀਨ ਅ ਗੁੱਡ ਫਿਲਮ ਐਂਡ ਅ ਬੈਡ ਫਿਲਮ। ਸੋ ਨਾਓ ਦੇਰ ਇਜ਼ ਅ ਗੁੱਡ ਫਿਲਮ ਔਰ ਦੇਰ ਇਜ਼ ਅ ਬੈਡ ਫਿਲਮ, ਰਾਈਟ? ਅ ਗੁੱਡ ਫਿਲਮ ਇਜ਼ ਅ ਕਮਰਸ਼ੀਅਲ ਫਿਲਮ, ਅ ਬੈਡ ਫਿਲਮ ਇਜ਼ ਆਰਟ ਫਿਲਮ। ਅੱਜ ਦੀ ਅਦਰਵਾਈਜ਼ ਆਰਟ ਅੱਜ ਕੱਲ ਬਣਨਾ ਬੰਦ ਹੋ ਗਿਆ ਜੀ। ਐਜ਼ ਅ ਡਾਇਰੈਕਟਰ ਜਿਹੜੇ ਸਰ ਨੇ, ਪੱਲਾ ਸਰ, ਜਦੋਂ ਸੈੱਟ ਦੇ ਉੱਤੇ ਤੁਸੀਂ ਕੰਮ ਕਰਦੇ ਹੋ, ਸਰ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਐਕਟਿੰਗ ਦਾ, ਕਾਫੀ ਫਿਲਮਾਂ ਕੀਤੀਆਂ ਨੇ ਹੁਣ ਤੱਕ, ਤਾਂ ਕਦੇ ਇੱਦਾਂ ਹੋਇਆ ਕਿ ਤੁਹਾਡੀ ਡਾਇਰੈਕਸ਼ਨ 'ਚ ਆ ਕੇ ਇਹਨਾਂ ਨੇ ਕਿਹਾ ਹੋਵੇ ਕਿ ਇਹਨੂੰ ਆਪਾਂ ਥੋੜ੍ਹਾ ਜਿਹਾ ਇਸ ਤਰੀਕੇ ਨਾਲ ਮੋਲਡ ਕਰ ਲਈਏ ਤਾਂ ਜ਼ਿਆਦਾ ਅੱਛਾ ਲੱਗੇਗਾ? ਬਹੁਤ ਉਹਦੀ ਬਹੁਤ ਅੱਛੀ, ਮੈਂ ਤਾਂ ਅੱਛਾ ਲੱਗਦਾ, ਬਹੁਤ ਅੱਛਾ ਜੀ, ਬਹੁਤ ਅੱਛਾ। ਕਦੇ ਈਗੋ 'ਤੇ ਨਹੀਂ ਲਿਆ ਵੀ ਮੈਂ ਡਾਇਰੈਕਟਰ? ਈਗੋ ਹੈ ਹੀ ਨਹੀਂ, ਈਗੋ ਤਾਂ, ਈਗੋ ਤੋਂ ਵੱਡੀ ਛੂਤ ਦੀ ਬਿਮਾਰੀ ਕੋਈ ਨਹੀਂ ਹੈ। ਤੁਹਾਡੇ 'ਚ ਈਗੋ, ਤੁਹਾਨੂੰ ਦੇਖ ਕੇ ਮੇਰੇ 'ਚ ਈਗੋ ਹੋਊਗੀ, ਮੇਰੀ ਈਗੋ ਦੇਖ ਕੇ ਇਹਨਾਂ ਨੂੰ, ਈਗੋ ਤਾਂ ਅਜੇ ਤੱਕ ਘਟੀਆ ਚੀਜ਼ ਕੋਈ ਹੈ ਹੀ ਨਹੀਂ। ਜੇ ਇਹਨਾਂ ਨੂੰ ਲੱਗੇ ਨਾ ਵੀ ਜਿਹੜੀ ਇਹਨਾਂ ਨੇ ਰਾਏ ਦਿੱਤੀ ਆ ਵੀ ਉਹ ਨਹੀਂ ਠੀਕ, ਤਾਂ ਇਕੱਲਾ ਨੋ ਕਰਕੇ ਨਹੀਂ ਇਹਨਾਂ ਨੇ ਤਸੱਲੀ ਕਰਾਉਣੀ ਤੁਹਾਡੀ, ਤੁਹਾਨੂੰ ਉਹਦੀ ਜਸਟੀਫਿਕੇਸ਼ਨ ਦੇਣੀ ਆ ਵੀ ਇਹ ਇਸ ਕਰਕੇ ਨਹੀਂ ਕਰਨੀ, ਚਾਰ ਬੰਦੇ ਬੈਠੋ ਆਓ ਕੰਟਰੀਬਿਊਟ ਕਰੋ, ਕੰਟਰੀਬਿਊਟ ਕਰੋ, ਕੁਛ ਨਾ ਕੁਛ ਨਵਾਂ ਪਲਾਨ ਨਿਕਲ ਕੇ ਸਾਹਮਣੇ, ਜਿੰਨੇ ਜੋ ਜਿੱਥੇ ਹੈਗੇ ਆ ਉੱਥੇ ਖੜੇ ਆ। ਸਪੋਜ਼ ਆਪਾਂ ਅੱਧਾ ਘੰਟਾ ਲਾ ਕੇ ਕੁਛ ਨਹੀਂ ਆਇਆ, ਜਿੱਥੇ ਪੈ ਗਏ ਉੱਥੇ ਚਲੋ ਸ਼ੂਟ ਕਰਦੇ ਹਾਂ। ਬਿਲਕੁਲ। ਅੱਛਾ, ਗਿੱਪੀ ਦੇ ਨਾਲ ਔਰ ਸੋਨਮ ਦੇ ਨਾਲ ਕੰਮ ਕਰਕੇ ਕੈਸਾ ਐਕਸਪੀਰੀਅੰਸ ਰਿਹਾ?
ਸੋਨਮ ਬਾਜਵਾ ਬਹੁਤ ਹੱਸ ਰਹੇ ਸੀ ਜਿਹਦਾ ਕਰਕੇ ਕੁਛ ਇੱਕ ਜਿਹੜੇ ਸੀਨ ਸੀ ਉਹ ਪੂਰੇ ਨਹੀਂ ਹੋਏ, ਵਿੱਚ ਰਹਿ ਗਏ ਸੀਗੇ, ਉਹ ਹਾਸੇ ਦਾ ਪਟਾਰਾ ਕਮੇਡੀ ਆਰਟਿਸਟ ਉੱਥੇ ਸੀਗੇ ਕਿ ਕੋਈ ਹੋਰ ਰੀਜ਼ਨ? ਦੇਖੋ ਸੋਨਮ ਜੀ ਪਿਛਲੀ ਸੋਨਮ ਹੋਰ ਹੀ ਵੈਸੇ ਹੀ ਬਹੁਤ ਉਹ ਖੁਸ਼ ਇੰਜੋਏ ਕਰਦੇ ਆ ਨਾ, ਉਹ ਪਹਿਲੀ ਪਿਕਚਰ ਸੀਗਾ ਜਦ ਕਲਾਈਮੈਕਸ ਸ਼ੂਟ ਕਰ ਰਹੇ ਸੀ, ਕਹਿ ਰਹੇ ਹੋ ਜੱਟਾ 2 ਦਾ ਇਹਨਾਂ ਦਾ ਡਾਇਲੌਗ ਚੱਲੀ ਜਿਹੜੀ ਚੱਲਦੇ ਸ਼ਾਟ ਦੇ ਅੰਦਰ ਤੁਸੀਂ ਜੇ ਸੁਣ ਜਦੋਂ ਮੇਰੇ ਨਾਲ ਉਹਦਾ ਡਾਇਲੌਗ ਹੁੰਦਾ ਸੋਨਮ ਦਾ ਬਹੁਤ ਮੁਸ਼ਕਲ ਨਾਲ ਨਿਕਲਦਾ, ਹੱਸ ਜਾਂਦਾ ਜਦੋਂ ਮੈਂ ਡਾਇਲੌਗ ਬੋਲਣਾ, ਮੈਂ ਸੀਰੀਅਸ ਹੋ ਕੇ ਬੋਲਣਾ, ਹੈ ਤਾਂ ਕਾਮੇਡੀ ਹੁੰਦੀ ਸੀ, ਉਹਨਾਂ ਨੇ ਹੱਸ ਪੈਣਾ, ਫਿਰ ਦੁਬਾਰਾ ਕਰਨਾ ਪੈਣਾ, ਤਾਂ ਚਿਹਰਾ ਦੇਖ ਕੇ ਹੱਸ ਆਇਆ ਉਹਨਾਂ ਨੂੰ, ਪਤਾ ਨਹੀਂ ਕਿੱਦਾਂ, ਮੈਂ ਪੁੱਛਣਾ ਉਹਨਾਂ ਨੂੰ ਵੀ ਮੈਂ ਇੰਨਾ ਜੋਕਰਾਂ ਮੈਂ ਮੈਂ ਤੁਸੀਂ ਖੁਸ਼ ਹੋ ਪਰ ਆਪਾਂ ਚੰਗਾ ਸੋਚਣਾ, ਹੋਰ ਚੰਗਾ ਹੋਏਗਾ, ਅਸੀਂ ਅਰਦਾਸ ਕਰ ਸਕਦੇ ਹਾਂ ਪਰਮਾਤਮਾ ਨੂੰ ਵੀ ਕੋਈ ਵੀ ਐਸੀ ਘਟਨਾ ਨਾ ਵਾਪਰੇ ਸਾਡੇ ਪੰਜਾਬ 'ਚ ਜਾਂ ਸਾਡੇ ਦੁਨੀਆ 'ਤੇ, ਸਾਡੇ ਸੰਸਾਰ 'ਚ, ਕੰਟਰੀ 'ਚ, ਜਿਹਦਾ ਸਾਡੀ ਇੰਡਸਟਰੀ 'ਤੇ ਅਸਰ ਪਵੇ। ਇੱਕ ਸਾਡੇ ਮੂਸੇਵਾਲਾ ਸਾਹਿਬ ਦੀ ਡੈਥ ਹੋਈ ਆ, ਸਾਡੀ 6 ਮਹੀਨੇ ਇੰਡਸਟਰੀ ਨਹੀਂ ਉੱਠ ਗਈ, ਬਹਿ ਗਈ ਇੱਕਦਮ, ਕਿੰਨੀਆਂ ਫਿਲਮਾਂ ਫਲੋਪ ਹੋਈਆਂ, ਚੰਗੀਆਂ ਚੰਗੀਆਂ ਫਿਲਮਾਂ ਰੁੜ ਗਈਆਂ, ਹੈ ਨਾ। ਹੁਣ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਜੋ ਮਾਹੌਲ ਚੱਲਦੇ ਨੇ ਵੀ ਇਹਨਾਂ 'ਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਾ ਪਰਮਾਤਮਾ ਸਾਨੂੰ ਸਾਹਮਣਾ ਕਰਵਾਵੇ ਜਿਹੜਾ ਕਿ ਸਾਡੀ ਕਿਸੇ ਇੰਡਸਟਰੀ ਦੇ ਉੱਤੇ ਜਾਂ ਜੋ ਸਾਡੀਆਂ ਐਕਸਪੈਕਟੇਸ਼ਨਸ ਨੇ ਉਹਨਾਂ ਨੂੰ ਢਾਹ ਲੱਗੇ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਜੋ ਪਰਮਾਤਮਾ ਹੋਣਾ ਤਾਂ ਉਹੀ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੈ, ਪਰ ਅਸੀਂ ਚੰਗੇ ਦੀ ਆਸ ਕਰਦੇ ਹਾਂ ਵੀ ਆਹ ਚੀਜ਼ ਹੋਵੇ ਅਤੇ ਆਹ ਚੀਜ਼ ਨਾ ਹੋਵੇ। ਮੈਂ ਕੈਰੀ ਔਨ ਜੱਟਾ 3 ਦੇ ਨਾਲ ਇੱਕ ਗੱਲ ਨੂੰ ਹੋਰ ਲਿੰਕ ਕਰਨਾ ਚਾਹੂੰਗੀ। ਬਹੁਤ ਸਾਰੇ ਪੰਜਾਬੀ ਇੰਡਸਟਰੀ ਦੇ ਆਰਟਿਸਟ ਜਿਨ੍ਹਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਬਹੁਤ ਵੱਡੇ ਬਜਟ ਦੀਆਂ ਫਿਲਮਾਂ ਸਾਡੇ ਇੱਥੇ ਸ਼ੂਟ ਹੁੰਦੀਆਂ, ਜੇਕਰ ਸਾਡੀ ਇਹ ਫਿਲਮ 100 ਕਰੋੜ ਨੂੰ ਟੱਚ ਕਰ ਜਾਂਦੀ ਹੈ ਤਾਂ ਕੀ ਸਾਡੀ ਇੰਡਸਟਰੀ ਦਾ ਬਜਟ ਵੀ ਵਧੇਗਾ, ਸਾਡੇ ਆਰਟਿਸਟ ਜਿਹੜੇ ਨੇ ਉਹਨਾਂ ਦਾ ਜਿਹੜਾ ਆਪਾਂ ਕਹੀਏ ਕਿ ਆਹ ਸ਼ਿਕਾਇਤ ਹੈ ਉਹ ਵੀ ਦੂਰ ਹੋ ਜਾਏਗੀ? ਜੇ ਆਪਾਂ ਚੰਗਾ ਸੋਚਦੇ ਹਾਂ ਨਾ ਜੀ, ਤਾਂ ਇਹ ਫਿਲਮ ਨੂੰ ਕਾਮਯਾਬ ਹੋਣ ਲਈ 100 ਕਰੋੜ ਦਾ ਬਿਜ਼ਨਸ ਕਰਨ ਦੀ ਲੋੜ ਨਹੀਂ ਹੈ ਜੀ, ਉਸ ਤੋਂ ਬਹੁਤ ਨੀਚੇ ਵੀ ਜੇ ਚੱਲਦੀ ਹੈ ਤਾਂ ਵੀ ਇਹ ਕਾਮਯਾਬ ਹੋ ਜੂਗੀ, ਹੈ ਨਾ ਜੀ। ਤਾਂ ਆਪਾਂ ਜੇ ਕਮਰਸ਼ਲਸ ਦੀ ਗੱਲ ਕਰੀਏ, ਫਿਲਮ ਇੰਗਲੈਂਡ ਜਾ ਕੇ ਸ਼ੂਟ ਹੋਈ ਹੈ, ਸਬਸਿਡੀ ਇਨਵੋਲਵ ਆ, ਸਾਰਾ ਕੁਛ, ਤਾਂ ਉਹ ਨਹੀਂ ਹੈ। ਇਹ ਜੇ ਫਿਲਮ ਕਾਮਯਾਬ ਹੁੰਦੀ ਹੈ ਤਾਂ ਬਜਟ ਵਧਣਗੇ, ਇੱਕ ਵਾਰ ਕੇ ਮਹਿੰਗੀ ਫਿਲਮ ਆ, ਇਹ ਤਾਂ ਨਹੀਂ ਬਣਨਗੇ ਜੇ ਇਹ 100 ਕਰੋੜ ਕਰੋ ਤਾਂ ਹੀ ਬਣਨਗੇ, ਨਹੀਂ ਨਹੀਂ, ਇਹ ਜੇ ਫਿਲਮ ਕਾਮਯਾਬ ਹੋ ਗਈ ਤਾਂ ਵੀ ਬਜਟਸ ਵਧਣਗੇ ਕਿ ਲੋਕਾਂ ਨੂੰ ਲੱਗੂਗਾ ਕਿ ਯਾਰ ਇਹ ਰਿਕਵਰੀ ਹੈਗੀ ਆ ਜੇ ਉਸ ਲੈਵਲ ਦੀ ਉਸ ਕਾਸਟ ਦੀ ਫਿਲਮ ਬਣਾਈ ਜਾਏ ਤਾਂ। ਜਿਵੇਂ ਬਾਜੀ ਨੇ ਕਿਹਾ ਸੀ ਨਾ ਵੀ ਈਗੋ ਸ਼ੂਟ ਦੀ ਬਿਮਾਰੀ ਆ, ਤੁਸੀਂ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਗਏ, ਤੁਸੀਂ ਮੈਂ ਇੱਕ ਗੱਲਬਾਤ ਕਰਦੇ ਹੋ ਤੁਹਾਨੂੰ ਸੁਣਿਆ ਸੀ ਕਿ ਕਿਤੇ ਨਾ ਕਿਤੇ ਤੁਸੀਂ ਨਰਵਸ ਸੀਗੇ, ਮੈਨੂੰ ਪਤਾ ਕਿ ਤੁਸੀਂ ਜਾਣ ਬੁੱਝ ਕੇ ਹਾਸੇ 'ਚ ਗੱਲ ਪਾਈ ਸੀ ਕਿ ਤੁਸੀਂ ਨਰਵਸ ਸੀ ਉੱਥੇ ਹਿੰਦੀ ਬੋਲਣੀ ਪਏਗੀ, ਠੀਕ ਹੈ, ਲੇਕਿਨ ਜਿੰਨਾ ਤੁਹਾਡਾ ਕੌਨਫੀਡੈਂਸ ਹੈ, ਜਿੰਨੇ ਵੱਡੇ ਪੱਧਰ 'ਤੇ ਤੁਸੀਂ ਲੋਕਾਂ ਨੂੰ ਫੇਸ ਕੀਤਾ ਹੈ, ਮੈਂ ਇਸ ਗੱਲ ਦੀ ਹਾਮੀ ਨਹੀਂ ਭਰਦੀ, ਪਰ ਇਸ ਗੱਲ ਦਾ ਮੈਨੂੰ ਔਰ ਬਹੁਤ ਸਾਰੇ ਲੋਕਾਂ ਨੂੰ ਮਾਣ ਹੈ ਕਿ ਤੁਸੀਂ ਐਡੇ ਵੱਡੇ ਪਲੇਟਫਾਰਮ 'ਤੇ ਜਾ ਕੇ ਆਪਣੀ ਮਾਂ ਬੋਲੀ ਜਿਹੜੀ ਹੈ ਉਹਨੂੰ ਉਸੇ ਤਰੀਕੇ ਨਾਲ ਬਿਆਨ ਕੀਤਾ ਜਿੱਦਾਂ ਆਪਾਂ ਆਪਦੇ ਘਰੇ ਬੋਲਦੇ ਹਾਂ। ਕੁਛ ਕਹਿਣਾ ਚਾਹੂੰਗੇ ਉਸਦੇ ਪ੍ਰਤੀ, ਉਸ ਐਕਸਪੀਰੀਅੰਸ ਨੂੰ ਸ਼ੇਅਰ ਕਰਨਾ ਚਾਹੂੰਗੇ? ਪੰਜਾਬੀ ਕਹਿ ਸਕਦਾ ਵੀ ਸਾਨੂੰ ਆਪਣੀ ਪੰਜਾਬੀ 'ਤੇ ਮਾਣ ਆ, ਸਾਡੀ ਮਾਂ ਬੋਲੀ 'ਤੇ ਮਾਣ ਆ, ਠੀਕ ਹੈ। ਉਹਨਾਂ ਦੀ ਗੱਲ ਉਹ ਵੀ ਜੈਨੂਅਨ ਆ ਕਿ ਜੇ ਅਸੀਂ ਨੈਸ਼ਨਲ ਪੱਧਰ 'ਤੇ ਗੱਲ ਕਰਨੀ ਆ, ਸਾਰਿਆਂ ਤੱਕ ਆਪਣੀ ਆਵਾਜ਼ ਪਹੁੰਚਾਉਣੀ ਆ, ਉਹਨਾਂ ਦਾ ਪਰਪਸ ਇਹ ਸੀ ਵੀ ਤੁਸੀਂ ਹਿੰਦੀ 'ਚ ਗੱਲ ਕਰੋ, ਉਹ ਸਾਨੂੰ ਇੱਕ ਬਹਾਨਾ ਮਿਲ ਗਿਆ ਵੀ ਜਿਹੜੇ ਪਾਸੋਂ ਅੰਗਰੇਜ਼ ਆਏ ਸੀ ਉਹ ਅੰਗਰੇਜ਼ੀ 'ਚ ਕਰਕੇ ਗਿਆ ਜੀ, ਉਹਨਾਂ ਦੀ ਗੱਲ ਦਾ ਤੁਸੀਂ ਤਰਜਮਾ ਕਰ ਸਕਦੇ ਹੋ ਸਾਡੀ ਪੰਜਾਬੀ ਦਾ ਕਰੋ। ਇਸ ਗੱਲ ਕਰਕੇ ਬਹੁਤ ਸਾਰੇ ਲੋਕਾਂ ਦੇ ਤੁਸੀਂ ਹੋਰ ਜ਼ਿਆਦਾ ਲੋਕਪ੍ਰਿਯ ਬਣ ਗਏ ਕਿਉਂਕਿ ਤੁਸੀਂ ਮਾਂ ਬੋਲੀ ਨਾਲ ਜੁੜੇ ਹੋਏ ਹੋ ਔਰ ਏਡੇ ਵੱਡੇ ਪੱਧਰ ਦੇ ਉੱਤੇ ਇਸ ਮਾਂ ਬੋਲੀ ਨੂੰ ਪ੍ਰੈਜੈਂਟ ਕੀਤਾ। ਸੋ ਜ਼ਿਆਦਾ ਸਮਾਂ ਨਹੀਂ ਲਾਉਂਗੀ ਕਿਉਂਕਿ ਮੈਨੂੰ ਆਵਾਜ਼ਾਂ ਪੈਣੀਆਂ ਸ਼ੁਰੂ ਹੋ ਗਈਆਂ, ਆਪਣੀ ਜਿੰਦਾ ਕਰਕੇ ਕੋਈ ਖਾਸ ਸੁਨੇਹਾ ਸਾਡੀ ਆਡੀਅੰਸ ਨਾਲ ਸ਼ੇਅਰ ਕਰਨਾ ਚਾਹੁੰਦਾ ਜ਼ਰੂਰ ਕਰੋ। ਬਾਜੀ ਬੇਨਤੀ ਕਰ ਸਕਦੇ ਹਾਂ ਆਡੀਅੰਸ ਨੂੰ ਕਿ 29 ਜੂਨ ਨੂੰ ਹੁਕਮ ਆ ਕੇ ਪਹੁੰਚੋ ਥੀਏਟਰ ਦੇ ਵਿੱਚ, ਸਾਡਾ ਹੌਸਲਾ ਵਧਾਓ, ਸਾਡੀ ਪੰਜਾਬੀਅਤ ਦਾ ਹੌਸਲਾ ਵਧਾਓ, ਸਾਡੀ ਮਾਂ ਬੋਲੀ ਦਾ ਹੌਸਲਾ ਵਧਾਓ,
ਜਿਸ ਪੱਧਰ ਤੇ ਅਸੀਂ ਮਿਹਨਤ ਕੀਤੀ ਆ ਉਸ ਪੱਧਰ ਤੇ ਸਾਨੂੰ ਪਿਆਰ ਮਿਲੂਗਾ ਤੇ ਅਸੀਂ ਖੁਸ਼ ਹੋਵਾਂਗੇ। ਬਿਲਕੁਲ ਜੀ, ਜੇ ਸਾਡੀ ਮਾਂ ਬੋਲੀ ਵਧੇਗੀ ਤਾਂ ਅਸੀਂ ਆਪਣੇ ਆਪ ਆਟੋਮੈਟਿਕਲੀ ਵਧਾਂਗੇ ਹੀ। ਸਰ ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਇਹੀ ਜੀ ਕਿ ਬੜਾ ਮਜ਼ਾ ਆਇਆ, ਮੈਂ ਸਭ ਨੂੰ ਇਹੀ ਕਹਿ ਰਿਹਾ, ਬੜਾ ਮਜ਼ਾ ਆਇਆ ਪਿਕਚਰ ਬਣਾਉਂਦੇ ਹੋਏ, ਇੱਕ ਇੱਕ ਸੀਨ ਸ਼ੂਟ ਕਰਦੇ ਹੋਏ, ਤੇ ਇਹੀ ਉਮੀਦ ਕਰਦੇ ਕਿ ਜਦ ਤੁਸੀਂ ਥੀਏਟਰ 'ਚ ਬੈਠ ਕੇ ਓਨਾ ਹੀ ਮਜ਼ਾ ਉਸ ਸੀਨਾਂ ਨੂੰ ਦੇਖਦੇ ਹੋਏ ਤੇ ਫਿਲਮ ਨੂੰ ਦੇਖਦੇ ਹੋਏ ਲਓਗੇ। 29 ਜੂਨ ਨੂੰ ਰਿਲੀਜ਼ ਹੋ ਰਹੀ ਹੈ ਕੈਰੀਓਨ ਜੱਟਾ 3, ਆਪਣੀ ਫੈਮਿਲੀ ਦੇ ਨਾਲ ਜਾ ਕੇ ਦੇਖੋ, ਪੂਰਾ ਇੰਜੋਏ ਕਰੋਗੇ, 2-2.5 ਘੰਟੇ ਆਪਣੀਆਂ ਸਾਰੀ ਜ਼ਿੰਦਗੀ ਦੀਆਂ ਟੈਨਸ਼ਨਾਂ ਭੁੱਲ ਜਾਓ। ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ, ਥੈਂਕ ਯੂ ਸੋ ਮਚ। ਥੈਂਕ ਯੂ। ਸੋ ਜੀ 29 ਤਰੀਕ ਨੋਟ ਕਰ ਲਓ, ਜੇਕਰ ਕਿਤੇ ਕੰਮ ਕਰਕੇ ਜਾਣਾ ਤਾਂ ਛੁੱਟੀ ਲੈ ਲਿਓ, ਜੇ ਛੁੱਟੀ ਹੈ ਤਾਂ ਹੁਣੇ ਤੋਂ ਟਿਕਟਾਂ ਬੁੱਕ ਕਰਵਾ ਲਿਓ ਤੇ ਜ਼ਰੂਰ ਦੇਖਣ ਜਾਇਓ ਫਿਲਮ। ਸਰਵਾ ਜੀ, ਸਤਿ ਸ਼੍ਰੀ ਅਕਾਲ। ਕੈਰੀ